ਮੂਵੀ ਝੱਟ ਮੈਂ ਵੀ ਦੇਖਣੀ ਆ ਮੈਂ ਚੱਲ ਤੂੰ ਵੀ ਫਿਰ ਹੈ ਨਹੀਂ ਮੂਵੀ ਐਦੀ ਦਿਖਾਵਾਂਗੇ ਆਪਾਂ ਠਾ ਠਾ ਕਰਵਾਗਾ ਬਾਕੀ ਗਰਮੀ ਬਹੁਤ ਆ ਬਈ ਪਟਿਆਲੇ ਸਟੇਸ਼ਨ ਤੇ ਬੈਠੇ ਆ ਅੱਖਾਂ ਨਹੀਂ ਖੁੱਲਦੀਆਂ ਪੂਰੀ ਇੰਨੀ ਧੁੱਪ ਦੀ ਰੋਸ਼ਨੀ ਪੈ ਰਹੀ ਆ ਦੇਖੋ ਏਡਾ ਜਿਹਾ ਜਿੱਥੇ ਸਾਡਾ ਜਰਨਲ ਡੱਬਾ ਜਾਣਾ ਬਾਕੀ ਬਾਈ ਤੁਸੀਂ ਕਹਿੰਦੇ ਹੋਣੇ ਵੀ ਦੋ ਬੰਦੇ ਜਾਣਗੇ ਨਾ ਬਾਕੀ ਬਾਈ ਫਿਲਹਾਲ ਅਸੀਂ ਦੋ ਹਾਂ ਹੌਲੀ ਹੌਲੀ ਕਰਦੇ ਹਾਂ ਰਿਪੇਅਰ ਬਾਕੀ ਬਾਈ ਜੇ ਉੱਥੇ ਕੰਮ ਮਤਲਬ ਭਖਦਾ ਦਿਖਿਆ ਵੀ ਪੁੱਲ ਵੀ ਲਾ ਲਓ ਕਿਉਂਕਿ ਮੀਂਹ ਹਰ ਸਾਲ ਕੰਮ ਬਹੁਤ ਖਰਾਬ ਕਰਦਾ ਇਸ ਸਾਲ ਤਾਂ ਮੀਂਹ ਵੈਸੇ ਵੀ ਥੋੜ੍ਹਾ ਜਿਹਾ ਜ਼ਿਆਦਾ ਪੈ ਰਿਹਾ ਨੇ ਉੱਧਰ ਜੇ ਆਪਾਂ ਨੂੰ ਕੰਮ ਕੰਟਰੋਲ 'ਚ ਨਾ ਆਉਂਦੇ ਲੈ ਕੇ ਫਿਰ ਇਹ ਬੁਲਾ ਲੈਂ ਕਿਉਂਕਿ ਵਾਧੂ ਡਰਾਈਵਰਾਂ ਦੇ ਫੋਨ ਆਈ ਜਾਂਦੇ ਨੇ ਇਹ ਸੀਨ 'ਚ ਤਾਂ ਆਮ ਡਰਾਈਵਰ ਵਿਹਲੇ ਹੁੰਦੇ ਨੇ ਲਗਭਗ ਬਾਕੀ ਤੁਹਾਨੂੰ ਪਤਾ ਜੀ ਵੀ ਇੰਨੇ ਬੰਦੇ ਰੱਖ ਕੁਛ ਨਹੀਂ ਬਚਦਾ ਜੇ ਗੱਲ ਯਾਰ ਜਿੰਨੇ ਖਰਚੇ ਵਧੀ ਜਾ ਰਹੇ ਆ ਨਾ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਾਕੀ ਹਾਣੀ ਵਾਧੂ ਆਪਣਾ ਸ਼ੇਅਰ ਇਕੱਲਾ ਹੀ ਹੈ ਨਾ ਹਾਣੀ ਹਾਂ ਬਾਈ ਹਾਂ ਬਾਕੀ ਕਹਾਣੀ ਤਾਂ ਇਹ ਨਹੀਂ ਯਾਰ ਆਪ ਜੀ ਨੇ ਜੋ ਮਰਜ਼ੀ ਸਾਰੇ ਜਿਹੜੇ ਮਰਜ਼ੀ ਕੰਮ 'ਚ ਲਾ ਲਓ ਚਾਹੇ ਮਾਲਕ ਹੀ ਦੇ ਦਿਓ ਚਾਹੇ ਕੁਛ ਦੇ ਦਿਓ ਸਾਰਾ ਕੁਛ ਕਰਦਾ ਇਹ ਤਾਂ ਉਹ ਕੰਮ ਨਹੀਂ ਹੈਗਾ ਵੀ ਬਸ ਮੈਂ ਆਹ ਕੰਮ ਕਰ ਲਵੇ ਉਹੀ ਕਰਨਾ ਆਲਰਾਊਂਡਰ ਹਾਣੀ ਬਾਕੀ ਅਸੀਂ ਕਰਦੇ ਹਾਂ ਹੌਲੀ ਹੌਲੀ ਰਿਪੇਅਰ ਜਾ ਕੇ ਦਿਖਾਵਾਂਗੇ ਤੁਹਾਨੂੰ ਵੀਡੀਓ 'ਚ ਜਿਵੇਂ ਜਿਵੇਂ ਵੀ ਹੋਊਗਾ ਹੈ ਨਾ ਫਿਲਹਾਲ ਤਾਂ ਅਸੀਂ ਬੈਠੇ ਹਾਂ ਸਟੇਸ਼ਨ 'ਤੇ ਪਟਿਆਲੇ ਛੋਲੇ ਚਣੇ ਨਾਲ ਦਿਮਾਗ ਖਾ ਲਏ ਘੜੀ ਸਾਰੇ ਘੜੀ ਕਵਾਰ ਦਸ ਕਰ ਕਦੇ ਛੋਲਾ ਕਦੇ ਪੂਰੀ ਹੈ ਹੈ ਕਰ ਕੇ ਨਾ ਤਰ੍ਹਾਂ ਹੈ ਬਈ ਕੀ ਕਹਿੰਦੇ ਤੈਨੂੰ ਕਹਿ ਰਹੇ ਹਾਂ ਕੀ ਕਰਦੇ ਕੀ ਖਾ ਲਓ ਹਾਂ ਤੂੰ ਹਟ ਜਾ ਮੈਂ ਵੀ ਆ ਰਹਾ ਇਹਨੂੰ ਜ਼ਿਆਦਾ ਗਾਲੀ ਹੈ ਬਈ ਵਿੱਚ ਇੱਧਰ ਉਹ ਜਾ ਪੀਛੇ ਤੈਨੂੰ ਆ ਰਹੇ ਆਪਿਓ ਕਨੈਕਟਰ ਕਨੈਕਟਰ ਆਪਿਓ ਕਨੈਕਟਰ ਕਹਾਂ ਹੈ ਅੰਦਰ ਹੈ ਅਰੇ ਜੈ ਛਿੰਦਵਾੜਾ ਜਾ ਰਹੀ ਨਾ ਜੀ ਛਿੰਦਵਾੜਾ ਜਾ ਰਹੀ ਹੈ ਆ ਜਾ ਹਣੀ ਔਰ ਭਈਆ ਅਭੀ ਚਲੇ ਗਈ ਜਾ ਰਹੇ ਹੋ ਜੈਤਪੁਰ ਟੋਲ ਟੈਕ ਤਾਰ ਦੋਗੇ ਜੈਤਪੁਰ ਟੋਲ ਤਾਰ ਦੋਗੇ ਜੈਤਪੁਰ ਟੋਲ ਹਾਂ ਪੁਰਲੇ ਬੱਸਾਂ ਦਾ ਬਾਈ ਕੋਈ ਟਾਈਮ ਟੇਬਲ ਨਹੀਂ ਇਹ ਚੱਲਦੀਆਂ ਨੇ ਸਵਾਰੀਆਂ ਦੇ ਹਿਸਾਬ ਨਾਲ ਵੀ ਜਦ ਗੱਡੀ ਭਰ ਗਈ ਇਹ ਉਹਨਾਂ ਨੇ ਉਦੋਂ ਹੀ ਚਲਾਉਣੀ ਆ ਇਹ ਨਹੀਂ ਹੈਗਾ ਵੀ ਟਾਈਮ ਟੂਮ ਇਹਨਾਂ ਦਾ ਹੁਣ ਇੱਥੇ ਸਵਾਰੀਆਂ ਘੱਟ ਨੇ ਉਹ ਯਾਰ ਇਹਨੇ ਤਾਂ ਇਹਦਾ ਗਾਹ ਪਾ ਲਿਆ ਬੱਸਾਂ ਬੁਲਾਉਣ ਦਾ ਤਰੀਕਾ ਦੇਖੋ ਜੀ ਕਿਹੜਾ ਉਰੇ ਹੁਣ ਬੋਲਦਾ ਨਹੀਂ ਰੇਡੂ ਵਾਲਾ ਹੋਇਆ ਨੇ ਆਪ ਕਾਹਨੂੰ ਬੋਲਦਾ ਇਹ ਆ ਦੇਖ ਲਓ ਜੀ ਇਹ ਸਾਰੇ ਕਨੈਕਟਰਾਂ ਰੱਖਿਆ ਹੋਇਆ ਆਪਦੀ ਬੱਸ ਦਾ ਰਿਕਾਰਡਿੰਗ ਵਾਲਾ ਸਿਸਟਮ ਆ ਆਹੋ ਬਟਨ ਦੱਬ ਰਿਹਾ ਉਹ ਦੇਖ ਲਈ ਇਹਨਾਂ ਦੇ ਕੰਮ ਇਹੋ ਜਿਹਾ ਹਿਸਾਬ ਕਿਤਾਬ ਆ ਪਤਾ ਨਹੀਂ ਕਿਹੜੇ ਜ਼ਮਾਨੇ 'ਚ ਫਿਰਦੇ ਨੇ ਉਰੇ ਕਹਿੰਦੇ ਗੌਰਮੈਂਟ ਨੇ ਪਹਿਲਾਂ ਸਰਕਾਰੀ ਬੱਸਾਂ ਪਾਈਆਂ ਤੀਆਂ ਪਰ ਉਰੇ ਨਾ ਲੋਕ ਦੱਸਦੇ ਨੇ ਵੀ ਕਿਰਾਇਆ ਨੇ ਆਪਣੀ ਮਰਜ਼ੀ ਦਿੰਦੇ ਨੇ ਐਂ ਨਹੀਂ ਹੈਗਾ ਵੀ ਫਿਕਸ ਕਿਰਾਇਆ ਜਿਵੇਂ ਆਪਣੇ ਵੀ 25-30 ਰੁਪਏ ਮਤਲਬ ਫਿਕਸ ਹੁੰਦਾ ਜੇ ਉਰੇ ਕਨੈਕਟਰ ਨੇ 30 ਮੰਗ ਲਏ ਤਾਂ 20 ਦੇਣੇ ਆ ਆਹ ਹਿਸਾਬ ਕਿਤਾਬ ਆ ਜੀ ਉਰੇ ਤਾਂ ਕਰਕੇ ਉਰੇ ਗੌਰਮੈਂਟ ਬੱਸਾਂ ਆਪਣੀ ਲੈ ਕੇ ਭੱਜ ਭੁੱਜ ਗਈ ਪਹਿਲਾਂ ਆਈ ਤੀ ਪਹਿਲਾਂ ਅਤੇ ਐਮ ਪੀ ਥੋੜ੍ਹੀ ਜਿਹੀ ਗੁੰਡਾ ਗਾਂਡਾ ਕਰਦੀ ਜ਼ਿਆਦਾ ਕਰਦੇ ਤੇ ਇਸ ਕਰਕੇ ਉਹਨਾਂ ਦਾ ਕੰਮ ਫੇਰੇ ਰਿਹਾ ਆਹ ਹੁਣ ਰਹੀਆਂ ਪ੍ਰਾਈਵੇਟ ਆ ਗੰਦੀਆਂ ਜਾਂ ਬੱਸਾਂ ਨਹੀਂ ਦੇਖੋ ਆਹ ਤਾਂ ਫਿਰ ਵੀ ਠੀਕ ਆ ਅੱਧੀਆਂ ਦਾ ਜਮਾਂ ਹੀ ਬੁਰਾ ਹਾਲ ਹੁੰਦਾ ਜੀ ਆਹ ਦੇਖ ਲਓ ਜੀ ਪਹਿਲਾਂ ਜਿਵੇਂ ਤੁਹਾਨੂੰ ਦਿਖਾਇਆ ਤਾਂ ਮੈਨੇ ਬੱਸ ਕਾਫੀ ਖਾਲੀ ਪਈ ਤੀ ਹਾਲੇ ਵੀ ਮਤਲਬ ਭਰੀ ਨਹੀਂ ਇਹ ਉਹਨੂੰ ਇਕੱਠੇ ਕਰਨ ਲੱਗੇ ਹੋਏ ਨੇ ਮਤਲਬ ਜਦ ਤੱਕ ਕੰਪਲੀਟ ਨਹੀਂ ਭਰਦੀ ਤੋੜਦੇ ਨੇ ਹੈਗੇ ਇਹਨੂੰ ਟਾਈਮ ਟੂਮ ਨਾਲ ਕੋਈ ਮਤਲਬ ਨਹੀਂ ਹੈਗਾ ਬਾਈ ਇੱਧਰ ਇਹੋ ਜਿਹਾ ਹਿਸਾਬ ਕਿਤਾਬ ਇਹਨਾਂ ਦਾ ਹਾਲੇ ਵੀ ਮਤਲਬ ਕਮੀ ਪੇਸ਼ੀ ਹੈਗੀ ਹੈ ਜਾਂ ਇੱਧਰ ਵੀ ਬੈਠੇ ਨੇ ਮੁੰਡੇ ਵੀ ਜਦ ਤੱਕ ਇਹ ਫੁੱਲ ਨਹੀਂ ਚੱਲਦੀ ਮਤਲਬ ਫੁੱਲ ਭਰਦੀ ਨਹੀਂ ਪੂਰੀ ਸਵਾਰੀਆਂ ਨਹੀਂ ਹੁੰਦੀਆਂ ਜਦ ਤੱਕ ਇਹ ਨਹੀਂ ਮਤਲਬ ਇਹ ਕਹਿੰਦੇ ਵੀ ਘਾਟਾ ਨਹੀਂ ਆਪਾਂ ਖਾਣਾ ਹੈਗਾ ਨਾਲੇ ਮੂੰਹ ਮੰਗਿਆ ਕਰਾਇਆ ਬਾਈ ਕੋਈ ਇੱਧਰ ਫਿਕਸ ਕਰਾਇਆ ਨਹੀਂ ਹੈਗਾ ਕੋਈ ਆਲ ਕਦੇ ਵੀ ਆਉਣ ਵਾਲੇ ਦਿਲ ਪੁੱਛ ਕੇ ਕਰਾਇਆ ਮਾੜਾ ਮੋਟਾ ਫੇਰ ਦਿਆ ਕਰੋ ਕਿਉਂਕਿ ਇਹਨੇ ਬਾਹਰਲੇ ਬੰਦੇ ਥੋੜ੍ਹਾ ਜ਼ਿਆਦਾ ਉਹ ਕਰਦੇ ਨੇ ਵੀ ਆਪਣਾ ਮਨ ਚਾਹੇ ਲੈ ਲੈਂਦੇ ਨੇ ਹੁਣ ਇਹ ਬਸ ਹਲੇ ਵੀ ਮਤਲਬ ਪਤਾ ਨਹੀਂ ਕਿੰਨੀਆਂ ਉਹ ਖੜਾ ਗਾ ਬਾਹਰ ਮੁੰਡਾ ਜਾਂ ਪਤਾ ਨਹੀਂ ਕਿੰਨੀ ਕੁ ਹਲੇ ਹੋਰ ਭਰੂਗਾ ਇਹਨੂੰ ਪਰ ਗਰਮੀ ਇੱਧਰ ਵਾਕਈ ਬਹੁਤ ਜ਼ਿਆਦਾ ਹੈ ਮੌਸਮ ਦਾ ਫਰਕ ਹੈਗਾ ਬਹੁਤ ਪੰਜਾਬ ਨਾਲ ਇੱਧਰ ਫਾਈਨਲੀ ਬਾਈ ਆਪਾਂ ਪਹੁੰਚ ਗਏ ਆਪਣੀ ਮਸ਼ੀਨ ਕੋਲ ਹਨੀ ਲੱਗਿਆ ਹੋਇਆ ਰੱਸੀਆਂ ਖੋਲਣ ਬਾਕੀ ਬੱਦਲ ਹੈ ਹੀ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਇਹਨੂੰ ਇੰਨਾ ਪਿਆਰ ਆਪਣੇ ਨਾਲ ਮਸ਼ੀਨ ਵਾਲੇ ਨਾਲ ਵੀ ਇੱਕ ਦਿਨ ਨਹੀਂ ਸੁੱਕਾ ਜਾਣਾ ਉਹਦਾ ਫੁੱਲ ਗਰਮੀ ਹੋਈ ਪਈ ਹੈ ਜੀ ਪੂਰੀ ਸੰਭਾਵਨਾ ਉਰੇ ਮੀਂਹ ਪੈਣ ਦੀ ਮੈਂ ਕਿਹਾ ਨਹੀਂ ਚੱਲ ਸਮਾਨ ਤਾਂ ਕੱਢ ਕਿਉਂਕਿ ਇੱਥੇ ਚੱਲ ਮੀਂਹ ਕਣੀ ਅੱਜ ਕੋਈ ਦਿੱਕਤ ਹੈਗੀ ਨਹੀਂ ਫਿਰ ਆਪਾਂ ਦੇਖਦੇ ਹਾਂ ਕਰਦੇ ਹਾਂ ਉਸ ਹਿਸਾਬ ਨਾਲ ਕੰਮ ਦੀ ਸੈਟਿੰਗ ਨਹੀਂ ਖੜਾ ਛੱਡਦਾ ਹੈਗਾ ਆਹ ਦੇਖੋ ਐਮ ਪੀ ਜਿਹੜੇ ਆਏ ਨਹੀਂ ਇਹ ਜੰਡ ਪਹਿਲਾਂ ਤਿਆਰ ਰਹਿੰਦਾ ਗਾ ਇੱਥੇ ਮਤਲਬ ਬੱਦਲ ਗਰਮੀ ਹੋ ਰਹੀ ਹੈ ਜੀ ਫੁੱਲ ਮੀਂਹ ਦਾ ਮੌਸਮ ਬਣਿਆ ਹੋਇਆ
ਕੋਈ ਸਿਸਟਮ ਨਹੀਂ ਹੈਗਾ ਰੱਬ ਦਾ। ਇਸ ਕਰਕੇ ਜੀ ਆਪਾਂ ਬਾਹਲੇ ਬੰਦੇ ਲੈ ਕੇ ਆਏ, ਕਿਉਂਕਿ ਮੀਂਹ ਪੈਣ ਦਾ ਕੋਈ ਸਿਸਟਮ ਨਹੀਂ ਹੈਗਾ ਬਾਈ, ਫਿਰ ਬੰਦੇ ਨੂੰ ਲਾ ਲਓ ਵੇਲਾ ਪੈਣਾ ਵੀ ਥੋੜ੍ਹਾ ਔਖਾ ਹੋ ਜਾਂਦਾ ਨਾ। ਮੈਂ ਯਾਰ ਹਨੀ ਦਾ ਸਿਸਟਮ ਇੱਦਾਂ ਵੀ ਅਸੀਂ ਪੁਰਾਣੇ ਜਾਣਦੇ ਹਾਂ ਇੱਕ ਦੂਜੇ ਨੂੰ, ਚਲ ਇਹਦਾ ਵੀ ਐਂ ਆ ਵੀ ਮਤਲਬ ਉਹ ਉਹੀ ਲਾ ਲਓ ਵੀ ਸਰਦਾ ਜਿਹਾ ਹੈ ਨਾ, ਵੀ ਇਹ ਵੀ ਕੋਈ ਕਾਲੀ ਜਿਹੀ ਕਰਨ ਵਾਲਾ ਬੰਦਾ ਨਹੀਂ ਹੈਗਾ, ਵੀ ਮਤਲਬ ਵਿਹਲਾ ਹੀ ਰਹਿੰਦਾ ਘਰੇ, ਦਿਹਾੜੀ ਦੂੜੀ ਦਾ ਕਰਦਾ ਨਹੀਂ ਹੈਗਾ। ਇਸ ਕਰਕੇ ਵੀ ਚਲ ਆਪਾਂ ਟਕਾਈ ਨਾਲ ਕੰਮ ਕਰ ਲਾਂਗੇ ਹੈ ਨਾ। ਬਾਕੀ ਲੱਗਿਆ ਹੋਇਆ ਹਨੀ ਰੱਸੀਆਂ ਖੋਲ੍ਹਣ, ਦਿਖਾਉਂਦੇ ਹਾਂ ਜੀ ਤੁਹਾਨੂੰ ਹੁਣ। ਕਰੋ ਜੀ ਵਾਕ ਰਾਊਂਡ ਆਪਾਂ ਟਾਇਰ ਪਾਏ ਦਾ MRF ਇਸ ਵਾਰ ਹਨੀ ਨੂੰ ਬਹੁਤ ਪਸੰਦ ਆਇਆ। ਹਨੀ ਕਹਿ ਦੋ ਹੀ ਪਾ ਦਿਓ, ਹੈ ਨਹੀਂ ਹੋਏ ਕੀ ਚੱਕਰ ਆ, ਦੋ ਹੀ ਪਾਣੇ ਆ, ਇੱਕ ਵਿਆਹ ਔਖਾ ਹੋਇਆ। ਬਾਕੀ ਹੁਣ ਕੱਢਦੇ ਹਾਂ ਆਪਾਂ ਰੋਟੀ ਰਾਟੀ ਵਾਲਾ ਸਮਾਨ, ਫਿਰ ਕਿਉਂਕਿ ਚਾਹ ਚੂਹ ਦੀ ਬੜੀ ਔਖੀ ਹੈ ਭਾਈਆਂ ਵਾਲਾ, ਤੁਹਾਨੂੰ ਪਤਾ ਆਪਣੇ ਖਾਣਾ ਦਾਣਾ ਸਮਝ ਨਹੀਂ ਆਉਂਦਾ। ਆ ਜਾ ਹਨੀ ਚੱਲੀ ਉੱਪਰ ਯਾਰ, ਇਹ ਤਾਂ ਥੈਲੇ 'ਚ ਲਿਆਵਾਂਗੇ ਉੱਤਰ ਚੱਕ ਕੇ, ਉੱਤੋਂ ਥੈਲੇ 'ਚ ਪਾ ਦੀ ਰੱਸੀਆਂ ਇਕੱਠੀਆਂ ਕਰਕੇ ਸਾਰੀਆਂ, ਤਰਪਾਲ ਬੰਨਤੀ ਬਾਈ। ਅਸੀਂ ਕਰਤਾ ਰਹਿ ਜਗਾੜ ਚਾਲੂ ਆਪਣਾ, ਹੈ ਨਹੀਂ ਕੀ ਸਬਜ਼ੀ ਬਣਾ ਰਹੇ ਹੋ ਬਾਈ? ਆਲੂ ਬਣਾ ਰਹੇ ਅਜੇ, ਆਲੂ ਆ ਜੀ ਅਸੀਂ ਟਾਈਮ ਨਾਲ ਆ ਗਏ, ਅਤੇ ਫਿਰ ਅਸੀਂ ਤੇਲ ਤੂਲ ਪਵਾ ਕੇ ਲਿਆਏ ਮੋਟਰਸਾਈਕਲ 'ਤੇ, ਸਬਜ਼ੀ ਭਾਜੀ ਖਰੀਦ ਕੇ ਲਿਆਏ, ਕਿਉਂਕਿ ਹੈਗਾ ਤਾਂ ਉਹ ਢਾਬਾ ਵੀ ਹੈਗਾ ਬਾਈ ਨੇੜੇ, ਪਰ ਜਮਾਂ ਬੇਕਾਰ ਰੋਟੀ ਬਣਾਉਂਦਾ, ਮੈਂ ਡੈਡੀ ਖਾ ਕੇ ਗਏ ਪਿੱਛੋਂ, ਬਸ ਇਹ ਕੰਮ 'ਚ ਲਾਓ ਯਾਰ। ਮੈਂ ਕਿਹਾ ਇਹਨਾਂ ਨੂੰ ਚੱਲ ਆਪਾਂ ਟਾਈਮ ਨਾਲ ਪਾ ਕੇ ਆਪਾਂ ਹੀ ਨਿਬੇੜ ਲੈਂਦੇ ਹਾਂ। ਬਾਕੀ ਬਾਈ ਹਨੀ ਵਾਲਾ ਰੋਟੀ ਪਾਣੀ ਦਾ ਇੱਕ ਨੰਬਰ ਆ ਹਨੀ, ਬਾਕੀ ਐਨ ਮਤਲਬ ਹਲਵਾਈਆਂ ਦੇ ਲੈਵਲ ਦੀ ਰੋਟੀ ਬਣਾਉਂਦਾ, ਆਹ ਬੈਠਾ ਦੇਖੋ। ਬਾਕੀ ਹੈ ਤਾਂ ਨਜ਼ਾਰਾ ਗਾ ਕੰਮ ਕਰ ਨੂੰ, ਇਹੋ ਜਿਹਾ ਕੰਮ ਵਧੀਆ ਕਰਨ ਦਾ ਰੋਟੀ ਰਾਟੀ ਵਾਲੇ, ਕੌਲ ਜੀ ਘੱਟ ਕਰਦਾ ਨਹੀਂ, ਅਗਲਾ ਕਹੀ ਜਾਂਦਾ ਵੀ ਆ ਕੇ ਥੱਕੇ ਆ, ਬਾਕੀ ਜਿਹੜਾ ਸਮਾਨ ਜਿਹਾ ਕਹਿੰਦਾ ਉਹਨੂੰ ਪਿਲਾ ਦਿਆ। ਬਾਕੀ ਕੈਮ ਮੈਂ ਇਹਨੂੰ ਕਰ ਲਿਆ ਤਾ, ਮੈਂ ਚੱਲ ਯਾਰ ਤੂੰ ਵੀ ਥੱਕਿਆ ਹੋਇਆ ਹੈ ਨਾ। ਚਲੋ ਠੀਕ ਆ ਜੀ, ਅੱਜ ਦਾ ਵਲੋਗ ਇੱਥੇ ਤੱਕ, ਆਪਾਂ ਮਿਲਦੇ ਹਾਂ ਕੱਲ੍ਹ ਨੂੰ, ਕੱਲ੍ਹ ਦੇ ਵਲੋਗ 'ਚ ਕੱਲ੍ਹ ਨੂੰ ਬਣਾਵਾਂਗੇ ਵੀਡੀਓ, ਸਮਾਨ ਸਮੂਨ ਲੋਡ ਕਰਾਂਗੇ, ਕੋਸ਼ਿਸ਼ ਕਰਾਂਗੇ ਬਣਾਉਣ ਦੀ, ਕਿਉਂਕਿ ਹੈ ਦੋ ਹਾਂ ਅਸੀਂ।